ਇੰਨਾ ਕਿ ਇੱਕ ਤਾਂ ਪੇਸ਼ੈਂਟ ਸੀਰੀਅਸ ਸੀਗਾ ਬਹੁਤ ਜ਼ਿਆਦਾ, ਉਹਦੀ ਉਹਨਾਂ ਨੂੰ ਰੈਸਿਸਿਟੇਟ ਕਰਨ ਦੀ ਕੋਸ਼ਿਸ਼ ਕੀਤੀ, ਓਲਡ ਮੈਨ ਸੀਗਾ, ਉਹਦੇ ਕਾਫੀ ਸਾਰੀਆਂ ਸੱਟਾਂ ਸੀਗੀਆਂ ਅਤੇ ਉਹਦੀ 'ਤੇ ਡੈਥ ਹੋ ਗਈ। ਬਾਕੀ ਤਿੰਨ ਹੋਰ ਨੇ ਉਹਨਾਂ ਦੇ ਮਲਟੀਪਲ ਫ੍ਰੈਕਚਰ ਇੱਕ ਦੇ ਅਤੇ ਦੂਸਰੀ ਜਿਹੜੀ ਹੈਗੀ ਪੇਸ਼ੈਂਟ ਉਹ ਆਊਟ ਆਫ ਡੇਂਜਰ ਠੀਕ ਹੈ। ਜੀ ਸਰ, ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕੰਡੀਸ਼ਨ ਹੋਈਆਂ? ਕੰਡੀਸ਼ਨ ਸਰ ਨਾਮ ਵਗੈਰਾ ਕੀ ਹੈ ਇਹਨਾਂ ਦੇ? ਨਾਮ ਜਿਹੜਾ ਹੈ ਜਿੱਥੇ ਵਿਜੇ ਕੁਮਾਰ ਰੋੜਾ ਜੀ ਅਤੇ ਓਲਡ ਮੈਨ, ਇਹਨਾਂ ਦੀ ਡੈਥ ਹੋ ਗਈ। ਦਰਸ਼ਨ ਕੁਮਾਰ ਰੋੜਾ ਜੀ ਇੱਕ ਬੱਚੀ ਦਾ ਨਾਮ ਮਾਹਿਰਾ, ਉਹਦੀ ਮਦਰ ਹੈ ਨਾਲ। ਅਤੇ ਸਰ ਕਾਹਦਾ ਕਾਹਦਾ ਐਕਸੀਡੈਂਟ ਹੋਇਆ? ਐਕਸੀਡੈਂਟ ਜੋ ਦੱਸਣ 'ਚ ਆਇਆ ਕਿ ਇਹ ਕਾਰ 'ਤੇ ਜਾ ਰਹੇ ਸੀਗੇ ਅਤੇ ਸਾਹਮਣੇ ਕੋਈ ਟਰੱਕ ਖੜਾ ਸੀ ਮੇਨ ਰੋਡ 'ਤੇ, ਉਹਦੇ 'ਚ ਲੱਗੀ ਗੱਡੀ ਜਾ ਕੇ। ਕਿੱਥੋਂ ਦੇ ਰਹਿਣ ਵਾਲੇ ਸੀ? ਰਹਿਣ ਵਾਲੇ ਇਹ ਬੇਸਿਕਲੀ ਤਾਂ ਰਹਿਣ ਵਾਲੇ ਦਿੱਲੀ ਦੇ, ਲੇਕਿਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਫਿਰੋਜ਼ਪੁਰ। ਫਿਰੋਜ਼ਪੁਰ ਤੋਂ ਵਾਪਸ ਜਾ ਰਹੇ ਸੀਗੇ ਜਲੰਧਰ, ਰਸਤੇ 'ਚ ਐਕਸੀਡੈਂਟ ਹੋਇਆ ਗੀਰਾਂ 'ਚ ਲੰਘੇ। ਅਤੇ ਸਰ ਹੁਣ ਉਹਨਾਂ ਦੀ ਕੰਡੀਸ਼ਨ ਕੀ ਹੈਗੀ? ਕੰਡੀਸ਼ਨ ਠੀਕ ਹੈ, ਤਿੰਨੋਂ ਪੇਸ਼ੈਂਟ ਨੂੰ ਅਸੀਂ ਫਸਟ ਏਡ ਦਿੱਤੀ ਔਰ ਟ੍ਰੀਟਮੈਂਟ ਕੀਤੀ ਔਰ ਉਹ ਲਿਜਾਣਾ ਚਾਹੁੰਦੇ ਸੀਗੇ ਜਲੰਧਰ, ਜਲੰਧਰ ਦੇ ਰਹਿਣ ਵਾਲੇ ਸੀਗੇ, ਉਹ ਤਿੰਨੋਂ ਨੂੰ ਅਸੀਂ ਜਲੰਧਰ ਭੇਜ ਦਿੱਤਾ ਉਹਨਾਂ ਦੀ ਰਿਕੁਐਸਟ ਨੇ। ਠੀਕ, ਹਾਂਜੀ ਸਰ, ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਇਹ? ਅਸੀਂ ਰੈਂਟ ਜਲੰਧਰ ਨਕੋਦਰ ਰੋਡ ਦੇ ਪੁਲ ਵੀਰਾਂ ਟਰੱਕ ਘੋੜੇ ਦਾ ਤਾਂ ਕਾਰ ਦਾ ਹੋਂਡਾ ਕਾਰ ਦਾ ਹੋਂਡਾ ਕਾਰ ਵਿੱਚ ਕੋਲ ਸਵਾਰ ਚਾਰ ਵਿਅਕਤੀ, ਦੋ ਜੈਂਟਸ ਅਤੇ ਦੋ ਲੇਡੀਜ਼ ਸੀ, ਜਿਹਦੇ ਚਾਰੇ ਇੰਜਰਡ ਨੇ ਸੀ, ਜਿਹਦੇ ਵਿੱਚੋਂ ਵਿਜੇ ਅਰੋੜਾ ਦੀ ਕਮਲਾ ਹੋਸਪਿਟਲ ਨਕੋਦਰ ਡੈਥ ਹੋ ਗਈ ਹੈ ਅਤੇ ਜਿਹੜੇ ਬਾਕੀ ਪੇਸ਼ੈਂਟ ਹੈ ਉਹਨਾਂ ਨੂੰ ਕਾਰਕੁਨ ਨੂੰ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦੇ ਮੈਂਬਰਾਂ ਦੀ ਸਟੇਟਮੈਂਟ ਲੈਣ ਤੋਂ ਬਾਅਦ ਬਣਦੀ ਕਾਰਵਾਈ। ਅਤੇ ਸਰ ਜਿਹੜਾ ਘੋੜੇ ਵਾਲਾ ਹੈਗਾ, ਟਰੱਕ ਵਾਲਾ ਹੈਗਾ, ਉਹਨੂੰ ਕਾਬੂ ਕੀਤਾ ਕਿ ਨਹੀਂ ਹਜੇ? ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ। ਅਤੇ ਇਹ ਹੋਇਆ ਕਿਦਾਂ ਐਕਸੀਡੈਂਟ, ਕੁਛ ਪਤਾ ਲੱਗਾ? ਓਵਰਟੇਕ ਹੋਣ ਦੀ ਵਜ੍ਹਾ ਨਾਲ। ਟਰੱਕ ਖੜਾ ਸੀ ਜਾਂ ਚੱਲ ਰਿਹਾ ਸੀ? ਟਰੱਕ ਖੜਾ ਸੀ। ਓਕੇ, ਟਰੱਕ ਸੀ ਤਾਂ ਉਹਦੇ ਵਿੱਚੋਂ ਮੁੜੇ ਟਕਰਾ ਕੇ ਦੂਜੀ ਗੱਡੀ ਨਾਲ ਜਿਹੜਾ ਹੋਰ ਟਰੱਕ ਨਾਲ ਐਕਸੀਡੈਂਟ ਹੋਇਆ, ਜੋ ਵੀ ਹੈ ਮੌਕੇ 'ਤੇ ਦੇਖ ਲਈ। ਅਤੇ ਸਰ ਕੰਡੀਸ਼ਨਸ ਕੀ ਹੈਗੀਆਂ ਜਿਹੜੇ ਜ਼ਖਮੀ ਆ? ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲ ਇਲਮ ਦੇ ਮਾਹਰ ਮੌਲਾਨਾ ਅਬਦੁਲ ਜੀ, ਸੰਪਰਕ ਕਰੋ 7696692975। ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਚਾਹੇ ਲੋਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ ਮੌਲਾਨਾ ਅਬਦੁਲ ਜੀ, 7696692975।